ਸਤਿ ਸ਼੍ਰੀ ਅਕਾਲ ਦੋਸਤੋ, ਸਭ ਨੂੰ ਪਤਾ ਹੈ ਵੀ ਜਿਵੇਂ 13 ਦੀ ਦਿੱਲੀ ਕਾਲ ਦੀ ਜਿਹੜੀ ਗੱਲ ਹੈਗੀ ਕਿਸਾਨਾਂ ਦੀ, ਅਤੇ ਉਹਦੇ ਨਾਲ ਨਾਲ ਗੱਲ ਇਹ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਆਮ ਲੋਕਾਂ ਦੇ ਵਾਸਤੇ ਆ ਵੀ ਜਿਨ੍ਹਾਂ ਨੇ ਦਿੱਲੀ ਜਾਣਾ ਹੈਗਾ। ਹੁਣ ਜਿਹੜਾ ਸ਼ੰਭੂ ਵਾਲਾ ਰੂਟ ਬੰਦ ਕਰਿਆ ਉਹਦੀ ਇੱਕ ਤਸਵੀਰ ਵੀ ਜਿਵੇਂ ਆਹ ਤੁਹਾਨੂੰ ਮੈਂ ਦਿਖਾ ਰਿਹਾ, ਤੁਸੀਂ ਸਮਝ ਸਕਦੇ ਹੋ ਵੀ ਜਦੋਂ ਤੁਸੀਂ ਗੂਗਲ ਮੈਪ ਦੇ ਜ਼ਰੀਏ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਸਾਰਾ ਲਾਲ ਲਾਲ ਹੋਇਆ ਪਿਆ। ਉਹ ਇਸ ਕਰਕੇ ਹੈ ਕਿਉਂਕਿ ਉਹ ਰਸਤੇ ਬੰਦ ਨੇਗੇ। ਫਿਰ ਗੱਲ ਆ ਜਾਂਦੀ ਹੈ ਜਿਹੜੀ ਡਾਇਵਰਟ ਰੂਟਸ ਦੀ। ਬਹੁਤ ਸਾਰੇ ਲੋਕ ਤਾਂ ਜਿਵੇਂ ਅਗਲਾ ਕਹਿ ਦਿੰਦਾ ਵੀ ਜਿਵੇਂ ਹੁਣ ਅਸੀਂ ਅੰਬਾਲੇ ਜਾਣਾ ਤਾਂ ਅਗਲਾ ਜਿਵੇਂ ਪਟਿਆਲੀ ਸਾਈਡ ਤੋਂ ਆਉਣੇ ਆਗੇ, ਵੈਸੇ ਤਾਂ ਉਹਦੇ ਵਿੱਚ ਦੀ ਵੀ ਕਈ ਰੋਡ ਹੈਗੇ ਨੇਗੇ, ਪਿੰਡਾਂ ਵਾਲੇ ਪੈ ਜਾਂਦੇ ਨੇ ਜਿਵੇਂ। ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ, ਕਿਉਂਕਿ ਉਹ ਵੀ ਅੱਗੇ ਜਦੋਂ ਟੱਚ ਕਰਦੇ ਨੇ ਕੋਲੇ ਜੇ ਜਾ ਕੇ ਹੋ ਸਕਦਾ ਬੰਦ ਹੋਣ, ਫਿਰ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਡੇਰਾਬਸੀ ਕੰਨੀ ਦੀ ਹੁੰਦੇ ਹੋਏ ਦਿੱਲੀ ਚੱਲ ਜਾਓ। ਪਰ ਜੇ ਕਿਹਾ ਜਾਵੇ ਰੂਟ ਨੇ ਜਿਹੜੇ ਉਹਨਾਂ ਦੇ ਸ਼ਹਿਰ ਟੂ ਸ਼ਹਿਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ, ਇਹ ਤੁਹਾਨੂੰ ਆਪਸ਼ਨਲ ਕੁਛ ਚੀਜ਼ਾਂ ਸਾਂਝੀਆਂ ਕਰਨ ਲੱਗਿਆਂ ਵੀ ਜਿਹੜੇ ਲੋਕਾਂ ਨੇ ਜਾਣਾ ਆਉਣਾ, ਕਿਉਂਕਿ ਕਿਸਾਨੀ ਅੰਦੋਲਨ ਕਰਕੇ ਹਜੇ ਪਤਾ ਨਹੀਂ ਮਸਲੇ ਦਾ ਹੱਲ ਕੀ ਨਿਕਲੂਗਾ ਜਾਂ ਕੀ ਬਣੂਗਾ। ਪਰ ਉਹਦੇ ਨਾਲ ਇੱਕ ਗੱਲ ਸਮਝੀ ਜਾ ਸਕਦੀ ਹੈ ਵੀ ਪਰੇਸ਼ਾਨੀ ਉਹ ਲਾਜ਼ਮੀ ਜੀ ਦਿਖਦੀ ਹੈਗੀ। ਹੁਣ ਜੇ ਗੱਲ ਕਰੀਏ, ਕਿਉਂਕਿ ਕਈ ਮੀਡੀਆ ਰਿਪੋਰਟਸ ਨੇ ਜਿਹੜੀਆਂ ਉਹਨਾਂ 'ਚ ਜਦੋਂ ਇਹਨਾਂ ਨੇ ਰੂਟ ਸਾਂਝੇ ਕਰੇ ਨੇ ਤਾਂ ਉਹਨਾਂ ਨੇ ਬੜੀ ਵਧੀਆ ਕਈ ਸੁਜੈਸਟ ਕਰੇ ਨੇਗੇ। ਇੱਕ ਪਾਸੇ ਆ ਲਾਲ, ਤੁਸੀਂ ਤਸਵੀਰ ਦੇਖ ਲਓ ਗੂਗਲ ਮੈਪ 'ਤੇ, ਤੁਹਾਨੂੰ ਕਾਫੀ ਅੰਦਾਜ਼ਾ ਹੋ ਜੂ ਵੀ ਕਿਹੜਾ ਰੋਡ ਕਿੱਥੋਂ ਜਾ ਸਕਦਾ ਜਦੋਂ ਤੁਸੀਂ ਉਹਨੂੰ ਜ਼ੂਮ ਕਰਕੇ ਦੇਖਦੇ ਹੋ। ਪਰ ਦੂਜੇ ਪਾਸੇ ਗੱਲ ਇਹ ਹੈ ਵੀ ਸਿੱਧੇ ਤੌਰ 'ਤੇ ਜਿਹੜਾ ਲੋਕਾਂ ਨੂੰ ਰਸਤਾ ਹੈਗਾ ਜਿਹੜਾ ਸੁਜੈਸਟ ਕੀਤਾ ਉਹਦੇ 'ਚ ਕੀ ਹੈ। ਦਿੱਲੀ ਚੰਡੀਗੜ੍ਹ ਹਾਈਵੇ 'ਤੇ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਟ੍ਰੈਫਿਕ ਡਿਸਟਰਬ ਹੋਈ ਆ ਤਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਜਿਹੜੇ ਲੋਕ ਨੇ ਉਹ ਡੇਰਾਬਸੀ, ਬਰਵਾਲਾ, ਰਾਮਗੜ੍ਹ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ ਅਤੇ ਪੰਚਕੂਲਾ, NH 344, ਯਮੁਨਾਨਗਰ, ਇੰਦਰੀ, ਪਿੱਪਲੀ, ਕਰਨਾਲ ਹੁੰਦੇ ਹੋਏ ਦਿੱਲੀ ਪਹੁੰਚ ਸਕਦੇ ਨੇਗੇ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੇ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਹੀਕਲ ਨੇਗੇ ਉਹ ਦਿੱਲੀ, ਸੋਨੀਪਤ, ਪਾਣੀਪਤ, ਕਰਨਾਲ, ਇੰਦਰੀ, ਲਾੜਵਾ ਜਾਂ ਕਰਨਾਲ, ਕੁਰੂਕਸ਼ੇਤਰ, ਉਮਰੀ ਚੌਂਕ, ਲਾੜਵਾ, ਰਦੌਰ, ਯਮੁਨਾਨਗਰ, NH 344A, ਮੌਲਾਨਾ, ਸ਼ਹਿਜਾਦਪੁਰ, ਬਰਵਾਲਾ, ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਨੇ ਜਿਹੜੇ ਉਹ ਜਾ ਸਕਦੇ ਨੇ। ਯਾਨੀ ਕਿ ਡਿਟੇਲ 'ਚ ਆ ਜਿਵੇਂ ਸ਼ਹਿਰ ਟੂ ਸ਼ਹਿਰ ਆਪਾਂ ਅੱਗੇ ਚੇਂਜ ਕਰਨਾ ਹੈਗਾ। ਇਦੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਹਿੰਦੇ ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜਾਦਪੁਰ ਅਤੇ ਪੰਚਕੂਲਾ ਹੁੰਦੇ ਹੋਏ ਵੀ ਤੁਸੀਂ ਚੰਡੀਗੜ੍ਹ ਜਿਹੜਾ ਉਹ ਜਾ ਸਕਦੇ ਹੋ ਕਿਉਂਕਿ ਆਪਸ਼ਨਲ ਰੋਡ 'ਤੇ ਹੈਗੇ ਨੇਗੇ। ਦਿੱਲੀ ਤੋਂ ਜੇ ਪਟਿਆਲੇ ਦੀ ਗੱਲ ਕਰੀ ਜਾਵੇ ਤਾਂ ਉਹਦੇ 'ਚ ਵੀ ਇਹਨਾਂ ਨੇ ਜਿਹੜੇ ਰੋਡ ਸੁਜੈਸਟ ਕਰੇ ਨੇ ਵੀ ਦਿੱਲੀ ਤੋਂ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪੰਜਾਬ ਤੋਂ ਆਉਣ ਵਾਲੇ ਜਿਹੜੇ ਵਹੀਕਲ ਨੇਗੇ ਉਹਨਾਂ ਵਾਸਤੇ ਸੋਨੀਪਤ, ਪਾਣੀਪਤ, ਕਰਨਾਲ, ਪਿੱਪਲੀ ਚੌਂਕ ਅਤੇ ਦੇ ਸੱਜੇ ਪਾਸੇ ਮੁੜ ਕੇ ਕੁਰੂਕਸ਼ੇਤਰ, ਪਹੋਵਾ, ਚੀਕਾ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੇ ਜਿਹੜੇ ਉਹ ਲੋਕ ਜਾ ਸਕਦੇ ਨੇ। ਇਦੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਜਿਹੜੇ ਵਹੀਕਲ ਨੇ ਉਹ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੀਕਾ, ਪਹੋਵਾ, NH 152D ਤੋਂ ਹੋ ਕੇ ਨੇ ਜਿਹੜੇ ਉਹ ਜਾ ਸਕਦੇ ਨੇਗੇ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਜੇ ਗੱਲ ਵਹੀਕਲਾਂ ਦੀ ਕਰੀ ਜਾਵੇ ਕਹਿੰਦੇ ਤਾਂ ਉਹਦੇ ਵਿੱਚ ਜਿਹੜੇ ਵਹੀਕਲ ਨੇ ਉਹ ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਹਿਜਾਦਪੁਰ, ਮੌਲਾਨਾ, NH 344 ਤੋਂ ਹੁੰਦੇ ਹੋਏ ਯਮੁਨਾਨਗਰ, ਰਦੌਰ, ਲਾੜਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ ਦੇ ਰਸਤੇ ਆ ਜਿਹੜਾ ਉਹ ਦਿੱਲੀ ਜਾ ਸਕਦੇ ਨੇ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਜਿਹੜੇ ਵਹੀਕਲ ਨੇ ਉਹ ਹੀ ਪੰਚਕੂਲਾ, ਰਾਮਗੜ੍ਹ, ਬਰਵਾਲਾ ਵਗੈਰਾ ਵੀ ਉੱਧਰ ਜਾ ਸਕਦੇ ਨੇਗੇ। ਹਿਸਾਰ ਤੋਂ ਜਿਹੜੇ ਚੰਡੀਗੜ੍ਹ ਜਾਣ ਵਾਲੇ ਵਹੀਕਲ ਨੇ ਉਹ ਕਹਿੰਦੇ ਬਰਵਾਲਾ, ਨਰਵਾਣਾ, ਕੈਥਲ, ਚੀਕਾ, ਪਟਿਆਲਾ ਅਤੇ ਫਿਰ ਦੂਜੇ ਪਾਸੇ ਉਹਦੀ ਚੰਡੀਗੜ੍ਹ ਜਾ ਸਕਦੇ ਨੇ। ਯਾਨੀ ਕਿ ਆਪਸ਼ਨਲ ਰੋਡ ਕਾਫੀ ਜ਼ਿਆਦਾ ਹੈਗੇ ਨੇ, ਇਹੋ ਜਿਹੀ ਗੱਲ ਨਹੀਂ ਵੀ ਆਪਸ਼ਨਲ ਰੋਡ ਨਹੀਂ ਹੈਗੇ। ਚੰਡੀਗੜ੍ਹ ਤੋਂ ਰੋਹਤਕ ਜਿਨ੍ਹਾਂ ਨੇ ਜਾਣਾ ਉਹ ਕਹਿੰਦੇ ਰੋਹਤਕ, ਦਿੱਲੀ, ਨਾਰਨੌਲ ਜਾਣ ਵਾਲੇ ਜਿਹੜੇ ਵਹੀਕਲ ਨੇ ਉਹ ਚੰਡੀਗੜ੍ਹ, ਪਟਿਆਲਾ, ਚੀਕਾ, ਪਹੋਵਾ, ਕੱਟ ਤੋਂ NH 152D ਤੋਂ ਹੁੰਦੇ ਹੋਏ ਰੋਹਤਕ, ਦਿੱਲੀ, ਨਰਨੌਲ ਨੇ ਜਿਹੜੇ ਉਹ ਜਾ ਸਕਦੇ ਨੇ। ਆਮ ਜਨ ਕਹਿੰਦੇ ਜਿਹੜੀ ਸਿਚੁਏਸ਼ਨ ਜਿਸ ਤਰ੍ਹਾਂ ਦੀ ਬਣੀ ਆਮ ਲੋਕਾਂ ਦੇ ਵਾਸਤੇ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਹੀ ਜਾ ਸਕਦੀ ਹੈ ਵੀ ਪਰੇਸ਼ਾਨੀ ਤਾਂ ਦੇਖੋ ਲਾਜ਼ਮੀ ਜੀ ਗੱਲ ਹੈਗੀ ਹੈ, ਪਰ ਗੱਲ ਇਹੀ ਵੀ ਹੁਣ ਕਿਸਾਨਾਂ ਵਾਲਾ ਮਸਲਾ ਹੱਲ ਹੋਊਗਾ ਜਾਂ ਨਹੀਂ ਹੁੰਦਾ ਹੈਗਾ ਤਾਂ ਉਦੋਂ ਬਾਅਦ ਦੇ ਵਿੱਚ ਅੰਦੋਲਨ ਦੀ ਕੀ ਰੂਪਰੇਖਾ ਰਹੂ, ਕਿਉਂਕਿ ਆਹ ਤਸਵੀਰਾਂ ਜਿਵੇਂ ਤੁਸੀਂ ਦੇਖੀਆਂ ਨੇਗੀਆਂ ਸੂਲਾਂ ਗੱਡੀਆਂ ਪਈਆਂ ਨੇ ਅਤੇ ਦੂਜੇ ਪਾਸੇ ਕਿਸਾਨ ਵੀ ਕਹਿੰਦੇ ਕਹਿੰਦੇ ਵੀ ਸੂਲਾਂ ਨਾਲ ਤਾਂ ਨਹੀਂ ਅਸੀਂ ਰੁਕਦੇ ਹੈਗੇ, ਰਹੀ ਗੱਲ ਬਾਕੀ ਅੱਗੇ ਸਮੱਸਿਆ ਦੇ ਹੱਲ ਦੀ ਤਾਂ ਫਿਰ ਜ਼ਰੂਰ ਹੋ ਸਕਦਾ ਕੋਈ ਮਸਲੇ ਦਾ ਹੱਲ ਹੈ ਜਿਹੜਾ ਉਹ ਹੋ ਜੇ। ਅਤੇ ਇਹਨਾਂ ਨੇ ਇਹਦੇ 'ਚ ਲਾਸਟ 'ਚ ਇਹ ਵੀ ਲਿਖਿਆ ਕਹਿੰਦੇ ਸਭ ਤੋਂ ਵੱਡੀ ਗੱਲ 112 ਡਾਇਲ ਕਰਕੇ ਵੀ ਤੁਸੀਂ ਮਦਦ ਮੰਗ ਸਕਦੇ ਹੋ, ਉਹ ਤੁਹਾਨੂੰ ਰੂਟ ਨੇ ਜਿਹੜੇ ਸਮਝਾ ਸਕਦੇ ਨੇ। ਯਾਨੀ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਜੇ ਸਾਨੂੰ ਆਏ ਰੋਡ ਕਈ ਵਾਰ ਨਹੀਂ ਵੀ ਸਮਝ ਲੱਗਦੇ ਹੈਗੇ, ਜਿੰਨਾ ਮਰਜ਼ੀ ਅਸੀਂ ਦੱਸੀ ਜਾਈਏ, ਦੇਖੋ ਜਿਹਨੂੰ ਪਤਾ ਹੈ ਉਹ ਬੰਦਾ ਥੋੜ੍ਹਾ ਜਿਹਾ ਸੌਖਾ ਸਮਝ ਜਾਂਦਾ, ਦੂਜੇ ਵਾਸਤੇ ਔਖਾ ਹੋ ਜਾਂਦਾ, ਫਿਰ ਤੁਸੀਂ 112 ਡਾਇਲ ਕਰ ਸਕਦੇ ਹੋ, ਉੱਥੋਂ ਵੀ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ।